ਆ ਜਿਹੜਾ ਤੁਸੀਂ ਮੇਨ ਰੋਡ ਦੇ ਉੱਪਰ ਇਹ ਬਣਾਇਆ ਤੁਸੀਂ ਘਰ ਦੀ ਤਰ੍ਹਾਂ ਪੂਰੇ ਤਰੀਕੇ ਨਾਲ ਇਹਨੂੰ ਦੇਖ ਕੇ ਮਨ ਖੁਸ਼ ਵੀ ਹੁੰਦਾ ਹੈ ਅਤੇ ਹੈਰਾਨ ਵੀ ਕਿਉਂਕਿ ਇੰਨਾ ਜੁਗਾੜ ਲਾਉਣਾ ਵੀ ਕੋਈ ਵੈਸੇ ਤਾਂ ਪੰਜਾਬੀ ਦਾ ਕੰਮ ਤਾਂ ਹੈ ਹੀ ਕਿਵੇਂ ਇਹਦੇ ਵਿੱਚ ਕੀ ਕੀ ਬਣਾਇਆ ਦੇਖੋ ਜੀ ਸੰਘਰਸ਼ ਸਾਡਾ ਲੰਮਾ ਵੀ ਜਾ ਸਕਦਾ ਅਸੀਂ ਉਹਦੇ ਹਿਸਾਬ ਨਾਲ ਆਪਦੇ ਸਾਰੇ ਅਰੇਂਜਮੈਂਟ ਕੀਤੇ ਹੋਏ ਆ ਅਤੇ ਅਸੀਂ ਪੂਰੀ ਤਿਆਰੀ ਦੇ ਵਿੱਚ ਆਏ ਹਾਂ ਇਹਦੇ ਵਿੱਚ ਮਤਲਬ ਮੇਰੇ ਇੱਕ ਐਕਸਟਰਾ ਰੂਮ ਅਸੀਂ ਬਣਾਇਆ ਟੈਂਟ ਲਾਇਆ ਹੋਇਆ ਹਾਂਜੀ ਇਹ ਐਕਸਟਰਾ ਟੈਂਟ ਆ ਜਦੋਂ ਗੈਸਟ ਜ਼ਿਆਦਾ ਆ ਜਾਂਦੇ ਆ ਉਹਨਾਂ ਲਈ ਹੈ ਹਾਂਜੀ ਇਹ ਦੋ ਅਸੀਂ ਵੱਡੇ ਤੰਬੂ ਲਾਏ ਹੋਏ ਆ ਜੀ ਇੱਕ ਇਹ ਹੈ ਇੱਕ ਇਹ ਹੈ ਔਰ ਪਿੱਛੇ ਵੀ ਮੈਂ ਬਾਉਂਡਰੀ ਵਾਲ ਕੀਤੀ ਹੋਈ ਆ ਪਿੱਛੇ ਮੇਰਾ ਬੈਂਬੂਸ ਦਾ ਪਿੱਛੇ ਹੈਚ ਕੀਤੀ ਹੋਈ ਆ ਤਾਂ ਜੋ ਸੇਫਟੀ ਰਹੇ ਸਾਡੇ ਸਮਾਨ ਦੀ ਇੱਥੋਂ ਮੇਰੇ ਆਹ ਨੇੜੇ ਵਾਲੀਆਂ ਜਿੰਨੀਆਂ ਟਰਾਲੀਆਂ ਸਾਰਿਆਂ ਨੂੰ ਲਾਈਟ ਵੀ ਇੱਥੋਂ ਜਾਂਦੀ ਹੈ ਅਸੀਂ ਜਨਰੇਟਰ ਵੀ ਰੱਖਿਆ ਹੋਇਆ ਇਹ ਅਸੀਂ ਆਪਦਾ ਵਾਸ਼ਰੂਮ ਬਣਾਇਆ ਹੋਇਆ ਜੀ ਹਾਂਜੀ ਬਿਲਕੁਲ ਨਹਾਉਣ ਲਈ ਬਣਾਇਆ ਇਹ ਅਤੇ ਉਹ ਪਾਣੀ ਵਾਲਾ ਜੀ ਹਾਂਜੀ ਗੀਜ਼ਰ ਹੈ ਇਹ ਭਾਂਡੇ ਧੋਣ ਨੂੰ ਹਾਂਜੀ ਇੱਥੇ ਅਸੀਂ ਪਿੱਛੇ ਟੈਂਕਰ ਆ ਪਾਣੀ ਵਾਲਾ ਹਾਂਜੀ ਅਸੀਂ ਮਤਲਬ ਪੂਰੀ ਤਿਆਰੀ 'ਚ ਆਏ ਸੀ ਵੀ ਜਿੰਨਾ ਚਿਰ ਵੀ ਸਾਨੂੰ ਰਹਿਣਾ ਪਿਆ ਅਤੇ ਅਸੀਂ ਮਤਲਬ ਇੱਥੇ ਡਟੇ ਰਹਾਂਗੇ ਕੋਈ ਸਾਨੂੰ ਦਿੱਕਤ ਨਹੀਂ ਜੀ ਇਹ ਹੁਣ ਇੱਕ ਪਿੰਡ ਹੀ ਹੈ ਜੀ ਸਾਡਾ ਇਹ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਅਸੀਂ ਬਾਹਰ ਬੈਠੇ ਹਾਂ ਇੱਥੇ ਵਧੀਆ ਭਾਈਚਾਰਾ ਸਾਰਿਆਂ ਦੇ ਆਪਸ 'ਚ ਪੂਰੀ ਸਾਂਝ ਹੈ ਅਤੇ ਉਹ ਪੁਰਾਣੇ ਵੇਲੇ ਯਾਦ ਆਉਂਦੇ ਆ ਜਦੋਂ ਅਸੀਂ ਨਿੱਕੇ ਹੁੰਦੇ ਸੀ ਦੇਖਦੇ ਸੀ ਗੁਆਂਢੀਆਂ ਤੋਂ ਸਬਜ਼ੀ ਮੰਗ ਲਿਆਉਂਦੇ ਹੁੰਦੇ ਸੀ ਇੱਥੇ ਵੀ ਉਹੀ ਕੁਛ ਚੱਲਦਾ ਜੀ ਸਾਰਿਆਂ ਨਾਲ ਵਧੀਆ ਸਾਰੇ ਰਲ ਮਿਲ ਕੇ ਰਹਿੰਦੇ ਆ ਭਾਅ ਜੀ ਵੈਸੇ ਪੰਜਾਬ ਤੋਂ ਤੁਸੀਂ ਕਿੱਥੋਂ ਪੰਜਾਬ ਤੋਂ ਮੈਂ ਫਿਰੋਜ਼ਪੁਰ ਦੇ ਨਾਲ ਮੇਰਾ ਪਿੰਡ ਹੈ ਜੀ ਪਟੇਲ ਨਗਰ ਉੱਥੋਂ ਦੇ ਆ ਪਰ ਹੁਣ ਅਸੀਂ ਸਾਡਾ ਪਿੰਡ ਦਿੱਲੀ ਹੈ ਜੀ ਇੱਥੇ ਹੀ ਰਹਿੰਦੇ ਹੁਣ ਪਿੰਡ ਦਿੱਲੀ ਬਣਾ ਲਿਆ ਤਾਂ ਇੱਥੋਂ ਸਰਪੰਚ ਵੀ ਬਣ ਗਏ ਦੇਖੋ ਜੀ ਜੇ ਇਹੀ ਮਾਹੌਲ ਰਿਹਾ ਤਾਂ ਇੱਥੋਂ ਇਲੈਕਸ਼ਨ ਵੀ ਲੜਾਂਗੇ ਇੱਥੋਂ ਸਰਪੰਚ ਵੀ ਬਣਾਂਗੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਜਾਰੀ ਹੈ ਅਤੇ ਕਿਸਾਨ ਅੰਦੋਲਨ ਦੀ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਅਤੇ ਹੁਣ ਜਿਹੜੀ ਅਸੀਂ ਤਸਵੀਰ ਇਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਸੀਂ ਖੁਸ਼ ਵੀ ਹੋਵੋਗੇ ਅਤੇ ਹੈਰਾਨ ਵੀ ਕਿਉਂਕਿ ਇੱਕ ਇੱਥੇ ਤਾਕੜ ਪੰਜਾਬੀ ਮਨਵਿੰਦਰ ਸਿੰਘ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਦਿੱਲੀ ਦੀ ਇੱਕ ਮੇਨ ਸੜਕ ਦੇ ਉੱਪਰ ਆ ਕੇ ਆਪਣਾ ਘਰ ਹੀ ਬਣਾ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਘਰ ਬਣਾਇਆ ਗਿਆ ਚਾਰ ਦੀਵਾਰੀ ਕੀਤੀ ਗਈ ਹੈ ਗੱਡੀ ਅੰਦਰ ਖੜੀ ਹੈ ਦੋ ਕਮਰੇ ਬਣਾ ਦਿੱਤੇ ਗਏ ਨੇ ਪਿੱਛੇ ਵਾਸ਼ਰੂਮ ਹੈ ਸਭ ਤੋਂ ਪਹਿਲਾਂ ਮਨਵਿੰਦਰ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਸਮਝਾਂਗੇ ਕਿ ਘਰ ਦੇ ਵਿੱਚ ਬਣਾਇਆ ਕੀ ਹੈ ਮਨਵਿੰਦਰ ਜੀ ਸਵਾਗਤ ਹੈ ਰੋਜ਼ਾਨਾ ਲੋਕ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਨਵਿੰਦਰ ਜੀ ਆਹ ਜਿਹੜਾ ਤੁਸੀਂ ਮੇਨ ਰੋਡ ਦੇ ਉੱਪਰ ਇਹ ਬਣਾਇਆ ਤੁਸੀਂ ਘਰ ਦੀ ਤਰ੍ਹਾਂ ਪੂਰੇ ਤਰੀਕੇ ਨਾਲ ਇਹਨੂੰ ਦੇਖ ਕੇ ਮਨ ਖੁਸ਼ ਵੀ ਹੁੰਦਾ ਹੈ ਅਤੇ ਹੈਰਾਨ ਵੀ ਕਿਉਂਕਿ ਇੰਨਾ ਜੁਗਾੜ ਲਾਉਣਾ ਵੀ ਕੋਈ ਵੈਸੇ ਤਾਂ ਪੰਜਾਬੀ ਦਾ ਕੰਮ ਤਾਂ ਹੈ ਹੀ ਕਿਵੇਂ ਇਹਦੇ ਵਿੱਚ ਕੀ ਬਣਾਇਆ ਇਹਦੇ 'ਚ ਦੇਖੋ ਜੀ ਸੰਘਰਸ਼ ਸਾਡਾ ਲੰਮਾ ਵੀ ਜਾ ਸਕਦਾ ਅਸੀਂ ਉਹਦੇ ਹਿਸਾਬ ਨਾਲ ਆਪਦੇ ਸਾਰੇ ਅਰੇਂਜਮੈਂਟ ਕੀਤੇ ਹੋਏ ਆ ਅਤੇ ਅਸੀਂ ਪੂਰੀ ਤਿਆਰੀ ਦੇ ਵਿੱਚ ਆਏ ਹਾਂ ਇਹਦੇ ਵਿੱਚ ਮਤਲਬ ਮੇਰੇ ਇੱਕ ਐਕਸਟਰਾ ਰੂਮ ਅਸੀਂ ਬਣਾਇਆ ਟੈਂਟ ਲਾਇਆ ਹੋਇਆ ਹਾਂਜੀ ਇਹ ਐਕਸਟਰਾ ਟੈਂਟ ਆ ਜਦੋਂ ਗੈਸਟ ਜ਼ਿਆਦਾ ਆ ਜਾਂਦੇ ਆ ਉਹਨਾਂ ਲਈ ਹੈ ਹਾਂਜੀ ਇਹ ਦੋ ਅਸੀਂ ਵੱਡੇ ਤੰਬੂ ਲਾਏ ਹੋਏ ਆ ਜੀ ਇੱਕ ਇਹ ਹੈ ਇੱਕ ਇਹ ਹੈ ਔਰ ਪਿੱਛੇ ਵੀ ਮੈਂ ਬਾਉਂਡਰੀ ਵਾਲ ਕੀਤੀ ਹੋਈ ਆ ਪਿੱਛੇ ਮੇਰਾ ਬੈਂਬੂਸ ਦਾ ਪਿੱਛੇ ਹੈਚ ਕੀਤੀ ਹੋਈ ਆ ਤਾਂ ਜੋ ਸੇਫਟੀ ਰਹੇ ਸਾਡੇ ਸਮਾਨ ਦੀ ਔਰ ਮੈਂ ਵਾਸ਼ਰੂਮ ਵੀ ਇਹਦੇ ਅੰਦਰ ਹੀ ਬਣਾਇਆ ਹੋਇਆ ਨਹਾਉਣ ਲਈ ਅਤੇ ਗੀਜ਼ਰ ਵੀ ਹੈ ਸਾਡੇ ਕੋਲ ਲੱਕੜ ਵਾਲਾ ਇੱਥੇ ਅਸੀਂ ਚਾਰਜਿੰਗ ਪੁਆਇੰਟ ਦਿੱਤਾ ਹੋਇਆ ਬਾਹਰ ਇਹ ਮੈਂ ਰੱਖੀਆਂ ਹੋਈਆਂ ਵੀ ਇੱਥੇ ਬੈਠ ਕੇ ਆਪਦਾ ਫੋਨ ਚਾਰਜ ਕਰ ਸਕਦੇ ਆ ਇੱਥੋਂ ਮੇਰੇ ਆਹ ਨੇੜੇ ਵਾਲੀਆਂ ਜਿੰਨੀਆਂ ਟਰਾਲੀਆਂ ਸਾਰਿਆਂ ਨੂੰ ਲਾਈਟ ਵੀ ਇੱਥੋਂ ਜਾਂਦੀ ਹੈ ਅਸੀਂ ਜਨਰੇਟਰ ਵੀ ਰੱਖਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਚੀਜ਼ ਤੋਂ ਸ਼ੁਰੂ ਕਰਦੇ ਹਾਂ ਇੱਥੋਂ ਤੁਹਾਡਾ ਘਰ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਇੱਥੋਂ ਤੁਹਾਡੀ ਇਹ ਜਿਹੜੀ ਚਾਰ ਦੀਵਾਰੀ ਹੈ ਹਾਂਜੀ ਹਾਂਜੀ ਚਾਰ ਦੀਵਾਰੀ ਤੋਂ ਅੰਦਰਲੇ ਪਾਸੇ ਆ ਕੇ ਜਿਹੜੀ ਤੁਸੀਂ ਆ ਚੀਜ਼ ਬਣਾਈ ਹੋਈ ਹੈ ਕਿਸ ਤਰੀਕੇ ਦੇ ਇਹ ਇੱਕ ਤਾਂ ਹਵਾ ਬਹੁਤ ਆਉਂਦੀ ਸੀ ਜੀ ਇੱਕ ਇਧਰੋਂ ਨਾ ਅੰਦਰ ਡਿਸਪੋਜ਼ੇਬਲ ਜਾਂ ਡਸਟ ਬਹੁਤ ਆਉਂਦੀ ਸੀ ਹਾਂਜੀ ਅਸੀਂ ਇਹ ਲਾਤੀ ਇਹ ਬੈਠਣ ਨੂੰ ਬਣਾਇਆ ਹੋਇਆ ਅੰਦਰ ਅਸੀਂ ਅੰਦਰਲੇ ਪਾਸੇ ਜਿਹੜਾ ਹਾਂਜੀ ਵੀ ਇੱਥੇ ਬੈਠਣ ਨੂੰ ਬਣਾਇਆ ਤੇ ਇਸ ਤੋਂ ਇਲਾਵਾ ਇਹ ਸਾਡਾ ਇੱਕ ਇਹ ਹੈਗਾ ਹਾਂਜੀ ਤੇ ਇਹ ਰੂਮ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਬਹੁਤ ਵਧੀਆ ਪੈਣ ਨੂੰ ਬੈਠਣ ਨੂੰ ਸਾਰਾ ਕੁਝ ਹੈਗਾ ਤੇ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਇਹਦੇ ਵਿੱਚ ਕਿੰਨੇ ਜਣੇ ਜਿਹੜੇ ਪੈ ਸਕਦੇ ਇਹਦੇ 'ਚ 6 ਜਣੇ ਪੈ ਸਕਦੇ ਆ ਜੀ ਇਹਦੇ 'ਚ ਉਹ ਵੱਡਾ ਹੈ ਉਹਦੇ 'ਚ ਜ਼ਿਆਦਾ ਪੈ ਸਕਦੇ ਉਹਦੇ 'ਚ ਅਸੀਂ 8 ਜਣੇ ਪੈ ਜਾਂਦੇ ਉਹਦੇ ਵਿੱਚ 8 ਜਣੇ ਹਾਂਜੀ 6 ਜਣੇ ਜੀ ਔਰ ਇੱਕੋ ਛੋਟਾ ਲਾਇਆ ਹੋਇਆ ਬਾਹਰ ਉਹਦੇ 'ਚ 3 ਜਣੇ ਹਾਂਜੀ 2 ਈਜ਼ੀਲੀ ਸੌਂ ਜਾਂਦੇ 3 ਥੋੜੇ ਮਤਲਬ ਜੇ ਟਾਈਮ ਪਾਸ ਕਰਨਾ ਹੋਵੇ ਤੇ 3 ਵੀ ਸੌਂ ਜਾਂਦੇ ਹਾਂਜੀ ਤਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਬਣਾਇਆ ਹੋਇਆ ਘਰ ਆ ਮੋਟਾ ਮੋਟਾ ਤਾਂ ਪਹਿਲਾਂ ਤੁਹਾਨੂੰ ਅਸੀਂ ਦਿਖਾਤਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਕਿ ਜਿਵੇਂ ਅੰਦਰ ਘਰ ਦੇ ਵਰਦਿਆਂ ਸਾਰੀ ਗੱਡੀ ਖੜਦੀ ਹੈ ਉਸੇ ਤਰੀਕੇ ਦੇ ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਗੱਡੀ ਖੜੀ ਦਿਖਾਓ ਭਾਜੀ ਜਿਹੜੀ ਗੱਡੀ ਖੜੀ ਹੋਈ ਹੈ ਤਾਂ ਅੰਦਰ ਬੈਠਣ ਦੇ ਲਈ ਜਗ੍ਹਾ ਬਣਾਈ ਹੋਈ ਹੈ
ਤੇ ਆ ਤੁਹਾਡੀ ਸਕੂਟਰੀ ਬਾਹਰ ਖੜੀ ਰਹਿ ਗਈ। ਇਹ ਸਕੂਟਰੀ ਵਾਸਤੇ ਜਗ੍ਹਾ ਛੱਡੀ ਹੋਈ ਹੈ ਇੱਥੇ, ਸਕੂਟਰੀ ਇੱਥੇ ਕਰ ਦਈ ਦੀ ਹੈ, ਇਹ ਬਾਹਰ ਰਹਿ ਗਈ ਹੈ ਰੱਖੀ। ਅਸੀਂ ਤੇਲ ਲੈਣ ਜਾਣਾ ਜਨਰੇਟਰ 'ਚ ਪਾਉਣ ਨੂੰ, ਜਾਂ ਅਸੀਂ ਅੱਗੇ ਜਾਣਾ ਹੁੰਦਾ ਅਤੇ ਸਟੇਜ ਤੱਕ ਸਾਨੂੰ ਫਿਰ ਸੌਖਾ ਰਹਿੰਦਾ, ਅਤੇ ਉਹਦੇ ਲਈ ਅਸੀਂ ਇਹ ਵੀ ਨਾਲ ਹੀ ਲੈ ਕੇ ਆਏ ਸੀ। ਹਾਂਜੀ ਹਾਂਜੀ। ਅਤੇ ਜਾਨੀ ਇਹਦੇ ਵਿੱਚ 8, ਇਹਦੇ ਵਿੱਚ 6, ਪਿੱਛੇ ਉਹ ਟੈਂਟ, ਅਤੇ ਉਦੋਂ ਪਿਛਲੇ ਪਾਸੇ ਕੀ ਹੈ ਉਹ ਵੀ ਇੱਧਰ, ਅਸੀਂ ਪਿੱਛੇ ਵਿਹੜਾ ਵੀ ਛੱਡਿਆ ਹੋਇਆ ਇਹਦੇ, ਇਹਦੀ ਬੈਕ ਸਾਈਡ 'ਤੇ ਅਸੀਂ ਪਿੱਛੇ ਛੱਡਿਆ ਹੋਇਆ। ਅਤੇ ਇੱਥੇ ਸਾਡੇ ਇਹ ਆ ਗਿਆ ਐਕਸਟਰਾ, ਜੇ ਕੋਈ ਆ ਜਾਂਦੇ ਆ ਗੈਸਟ ਆ ਜਾਂਦੇ ਉਹਨਾਂ ਵਾਸਤੇ, ਇਹਦੇ 'ਚ 3 ਜਣੇ ਪੈ ਜਾਂਦੇ ਆ ਜੀ। ਔਰ ਇਹ ਕੋਈ ਜ਼ਿਆਦਾ ਗੈਸਟ ਆ ਗਏ ਸੀ, ਅਸੀਂ ਤਾਂ ਖੋਲਿਆ ਸੀਗਾ ਇਹਨੂੰ, ਇੱਥੇ ਵੀ ਬੈਠਣ ਨੂੰ ਬਣਾਇਆ ਹੋਇਆ। ਜਿਹੜੀ ਘਰ ਦੇ ਵਿੱਚ ਜਿਹੜੀ ਤਾਰ ਹੁੰਦੀ ਆ, ਹਾਂਜੀ, ਇਹ ਕੱਪੜੇ ਸੁੱਕਣੇ ਪਾਉਣ ਨੂੰ ਅਸੀਂ ਇਹ ਬੰਨੀ ਹੋਈ ਹੈ। ਅਤੇ ਇਹ ਸਾਡਾ ਜਨਰੇਟਰ ਹੈ ਜੀ ਇੱਥੋਂ। ਹਾਂਜੀ, ਇੱਥੋਂ ਮੈਂ ਸਾਰਿਆਂ ਨੂੰ ਨੇੜੇ ਤੇੜੇ ਟਰਾਲੀਆਂ ਜਿੰਨੀਆਂ ਉਹਨਾਂ ਨੂੰ ਲਾਈਟ ਦਿੰਦਾ। ਜਿਹੜੀ ਲਾਈਟ ਚੱਲ ਰਹੀ ਆ ਇਸੇ ਜਨਰੇਟਰ, ਹਾਂਜੀ, ਅੱਜ ਇੱਥੇ ਲਾਈਟ ਆ ਗਈ ਹੈ, ਅਤੇ ਕਿਉਂਕਿ ਇਹ ਸਟੇਜ ਤੋਂ ਅੱਜ ਹੀ ਇੱਥੇ ਇਹਨਾਂ ਨੇ ਚਾਲੂ ਕੀਤੀ ਆ, ਅੱਜ ਉਧਰੋਂ ਚੱਲ ਰਹੀ ਹੈ। ਅਤੇ ਹਾਂਜੀ, 24 ਘੰਟੇ ਲਾਈਟ ਸਾਡੀ, 24 ਘੰਟੇ ਜਨਰੇਟਰ ਚੱਲਦਾ ਸੀ ਇੱਥੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਇੱਥੇ ਬਾਹਰ ਮੈਂ ਚਾਰਜਿੰਗ ਪੁਆਇੰਟ ਦੇ ਰੱਖੇ ਆ, ਉੱਥੇ ਬੈਠ ਕੇ ਸਾਰੇ ਫੋਨ ਚਾਰਜ ਕਰ ਲੈਂਦੇ ਆ। ਇਹ ਅਸੀਂ ਆਪਦਾ ਵਾਸ਼ਰੂਮ ਬਣਾਇਆ ਹੋਇਆ ਜੀ, ਹਾਂਜੀ ਬਿਲਕੁਲ, ਨਹਾਉਣ ਲਈ ਬਣਾਇਆ ਇਹ, ਅਤੇ ਉਹ ਪਾਣੀ ਵਾਲਾ ਜੀ, ਹਾਂਜੀ ਗੀਜ਼ਰ ਹੈ ਇਹ, ਭਾਂਡੇ ਧੋਣ ਨੂੰ, ਹਾਂਜੀ ਇੱਥੇ ਅਸੀਂ ਆ, ਪਿੱਛੇ ਟੈਂਕਰ ਆ ਪਾਣੀ ਵਾਲਾ, ਤੇ ਹਾਂਜੀ ਟੈਂਕਰ ਹੈਗਾ ਜੀ ਇੱਥੋਂ। ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਜਿਹੜਾ ਉਹ ਪਾਣੀ ਵਾਲਾ ਟੈਂਕਰ ਹੈ ਉਹ ਵੀ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦਿਖਾ, ਹਾਂਜੀ ਘਰ ਦੀ ਟੈਂਕਰ, ਹਾਂਜੀ। ਔਰ ਇਹ ਸਾਡਾ ਸਟੋਰ ਹੈ, ਇਹ ਟਰਾਲੀ ਹੈ ਜਿਹੜੀ ਜੀ, ਇਹ ਸਾਡੀ ਲੌਕ ਹੋ ਜਾਂਦੀ ਹੈ। ਅੱਛਾ, ਆਹ ਦੋ ਟਰਾਲੀ, ਹਾਂਜੀ ਉਹ, ਹਾਂਜੀ ਆਹ ਟਰਾਲੀ ਲੌਕ ਹੋ ਜਾਂਦੀ ਹੈ, ਸਾਡਾ ਜ਼ਰੂਰੀ ਸਮਾਨ ਸਾਰਾ ਇਹਦੇ 'ਚ ਹੈ, ਇਹ ਅਸੀਂ ਜਦੋਂ ਲੋੜ ਪੈਂਦੀ ਹੈ ਅਸੀਂ ਜ਼ਰੂਰੀ ਸਮਾਨ ਸਾਰਾ ਇਹਦੇ 'ਚ ਹੈ ਸਾਡਾ। ਅਤੇ ਰਸੋਈ ਤੁਸੀਂ ਇਹਦੇ 'ਚ ਸ਼ਿਫਟ ਕੀਤੀ? ਹਾਂਜੀ, ਰਸੋਈ ਇਹਦੇ ਅੰਦਰ ਹੀ ਹੈ ਜੀ, ਪਿੱਛੇ ਕਰਕੇ ਬਣਾਈ ਹੋਈ ਹੈ। ਹਾਂਜੀ ਹਾਂਜੀ, ਅੰਦਰ ਦੀਆਂ ਵੀ ਦਿਖਾਉਣਾ ਪੈ ਸਕਦੇ ਨੇ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਅੰਦਰ ਦੀਆਂ ਵੀ ਦਿਖਾਉਣ ਕੈਮਰਾਮੈਨ। ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਸੋਚਿਆ ਇੰਨਾ ਜਿਹੜਾ ਤੁਸੀਂ ਜਗਾਟਮੈਂਟ ਬਣਾਇਆ ਹੈ ਇਹ ਕਿਵੇਂ ਇਕੱਠਾ ਕੀਤਾ? ਇਹ ਜੀ ਮੈਂ ਵੈਸੇ ਤਾਂ ਕੈਂਪਿੰਗ ਕੁੰਪਿੰਗ ਕਰਦਾ ਰਹਿੰਦਾ, ਔਰ ਅਸੀਂ ਇੱਕ ਦਿਨ ਦੀ ਤਿਆਰੀ 'ਚ ਹੀ ਇੰਨਾ ਸਮਾਨ ਲੈ ਕੇ ਆਏ ਸੀਗੇ ਜਲਦੀ ਜਲਦੀ 'ਚ, ਅਤੇ ਮੈਨੂੰ ਪਤਾ ਸੀ, ਬਿਲਕੁਲ ਮੈਨੂੰ ਪਤਾ ਸੀਗਾ ਵੀ ਕੀ ਸਾਨੂੰ ਕੀ ਕੀ ਚੀਜ਼ ਦੀ ਲੋੜ ਪੈ ਸਕਦੀ ਹੈ। ਇਹ ਅਸੀਂ ਸਾਡੇ ਦੋ ਟ੍ਰੇਲਰ ਆ, ਜੀਪ ਹੈ, ਇਹ ਮੇਰੀ ਜਿਪਸੀ ਹੈ, ਹਾਂਜੀ ਇਹ ਵੀ ਆਪਣੀ ਹੈ ਜੀ, ਹਾਂਜੀ। ਅਸੀਂ ਬਸ ਇਹਨਾਂ 'ਚ ਹੀ ਇਹ ਸਮਾਨ ਸਾਰਾ ਲੈ ਕੇ ਆਏ ਹਾਂ, ਔਰ ਜਿੰਨੀਆਂ ਇਹਦੀਆਂ ਫਿਟਿੰਗ ਆ, ਪਾਈਪਸ ਆ, ਉਹ ਸਾਰੀਆਂ 6-6 ਫੁੱਟ ਦੀਆਂ ਵੀ ਮੇਰੀ ਟਰਾਲੀ 'ਚ ਹੀ ਸਾਰਾ ਸਮਾਨ ਆ ਜਾਂਦਾ। ਹਾਂਜੀ, ਅਸੀਂ ਮਤਲਬ ਪੂਰੀ ਤਿਆਰੀ 'ਚ ਆਏ ਸੀ ਵੀ ਜਿੰਨਾ ਚਿਰ ਵੀ ਸਾਨੂੰ ਰਹਿਣਾ ਪਿਆ ਅਤੇ ਅਸੀਂ ਮਤਲਬ ਇੱਥੇ ਡਟੇ ਰਹਾਂਗੇ, ਕੋਈ ਸਾਨੂੰ ਦਿੱਕਤ ਨਹੀਂ। ਤਾਂ ਸਹੀ ਘਰ ਦੀ ਗੱਲ, ਤੁਹਾਡੀ ਜਿਹੜੇ ਘਰ ਦੇ ਵਿੱਚ ਚੀਜ਼ਾਂ ਨੇ ਤਾਂ ਤੁਹਾਡੀ ਸਹੂਲੀਅਤ ਦੇ ਲਈ ਸੀ। ਆਮ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ ਤਾਂ ਆਂਢ ਗੁਆਂਢ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਹਾਂ। ਮੈਂ ਇੱਥੇ ਹੋਰ ਵੀ ਗੱਲਬਾਤ ਕਰ ਰਿਹਾ ਤੁਹਾਡੇ ਗੁਆਂਢੀਆਂ ਨਾਲ, ਕਹਿੰਦੇ ਉਹਨਾਂ ਦੀ ਵੀ ਤੁਸੀਂ ਸਾਰੀਆਂ ਜ਼ਰੂਰਤਾਂ ਜਿਵੇਂ ਪਿੰਡ 'ਚ ਪੂਰੀਆਂ ਕਰਦੇ ਇੱਥੇ ਵੀ ਕਰਦੇ ਨੇ? ਬਿਲਕੁਲ ਜੀ, ਇਹ ਹੁਣ ਇੱਕ ਪਿੰਡ ਹੀ ਹੈ ਜੀ ਸਾਡਾ, ਇਹ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਅਸੀਂ ਬਾਹਰ ਬੈਠੇ ਹਾਂ। ਇੱਥੇ ਵਧੀਆ ਭਾਈਚਾਰਾ, ਸਾਰਿਆਂ ਦੇ ਆਪਸ 'ਚ ਪੂਰੀ ਸਾਂਝ ਹੈ, ਅਤੇ ਉਹ ਪੁਰਾਣੇ ਵੇਲੇ ਯਾਦ ਆਉਂਦੇ ਆ ਜਦੋਂ ਅਸੀਂ ਨਿੱਕੇ ਹੁੰਦੇ ਸੀ, ਦੇਖਦੇ ਸੀ ਗੁਆਂਢੀਆਂ ਤੋਂ ਸਬਜ਼ੀ ਮੰਗ ਲਿਆਉਂਦੇ ਹੁੰਦੇ ਸੀ। ਇੱਥੇ ਵੀ ਉਹੀ ਕੁਛ ਚੱਲਦਾ ਜੀ, ਸਾਰਿਆਂ ਨਾਲ ਵਧੀਆ, ਸਾਰੇ ਰਲ ਮਿਲ ਕੇ ਰਹਿੰਦੇ ਆ, ਅਤੇ ਕਿਸੇ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਬਾਹਰ ਬੈਠੇ ਹਾਂ। ਭਾਅ ਜੀ ਵੈਸੇ ਪੰਜਾਬ ਤੋਂ ਤੁਸੀਂ ਕਿੱਥੋਂ? ਪੰਜਾਬ ਤੋਂ ਮੈਂ ਫਿਰੋਜ਼ਪੁਰ ਦੇ ਨਾਲ, ਮੇਰਾ ਪਿੰਡ ਹੈ ਜੀ ਪਟੇਲ ਨਗਰ, ਉੱਥੋਂ ਦੇ ਹਾਂ, ਪਰ ਹੁਣ ਅਸੀਂ ਸਾਡਾ ਪਿੰਡ ਦਿੱਲੀ ਹੈ ਜੀ, ਇੱਥੇ ਹੀ ਰਹਿੰਦੇ ਹਾਂ। ਪਿੰਡ ਦਿੱਲੀ ਬਣਾ ਲਿਆ ਤਾਂ ਇੱਥੋਂ ਸਰਪੰਚ ਵੀ ਬਣ ਗਏ? ਦੇਖੋ ਜੀ, ਜੇ ਇਹੀ ਮਾਹੌਲ ਰਿਹਾ ਤਾਂ ਇੱਥੋਂ ਇਲੈਕਸ਼ਨ ਵੀ ਲੜਾਂਗੇ, ਇੱਥੋਂ ਸਰਪੰਚ ਵੀ ਬਣਾਂਗੇ। ਹਾਂਜੀ, ਮੈਂ ਪੁੱਛ ਕੇ ਆ ਰਿਹਾ ਸੀ ਜਦੋਂ ਮੈਂ ਤੁਹਾਡੇ ਕੋਲ ਆਇਆ ਕਿ ਮੈਂ ਪਤਾ ਕੀਤਾ ਕਿ ਤੰਬੂ ਵਾਲਿਆਂ ਕੋਲ ਜਾਣਾ, ਉਹ ਸਿੱਧੇ ਤੁਹਾਡੇ ਕੋਲ ਲੈ ਆਏ ਆ। ਜਿਵੇਂ ਆ ਕੇ ਆਪਾਂ ਪੁੱਛਦੇ ਹੁੰਦੇ ਹਾਂ ਪਿੰਡ 'ਚ ਮਸ਼ਹੂਰ ਬੰਦਾ ਹੁੰਦਾ ਨਾ ਵੀ ਪੂਰੇ ਇਕੱਠ ਦੇ ਵਿੱਚ, ਹੁਣ ਆਪਾਂ ਨੂੰ ਦਰਸ਼ਕਾਂ ਨੂੰ ਵੀ ਪਤਾ ਵੀ ਇੱਥੇ ਕਿੰਨਾ ਵੱਡਾ ਇਕੱਠ ਹੈ, ਇਕੱਠ ਦੇ ਵਿੱਚ ਪੁੱਛ ਕੇ ਜਾਣਾ ਪਤਾ ਨਹੀਂ ਲੱਗਦਾ। ਮੈਂ ਪੁੱਛ ਕੇ ਆਇਆ ਕਿ ਤੰਬੂ ਵਾਲਿਆਂ ਦੇ ਕਿਤੇ, ਉਹ ਲੋਕ ਇਹ ਵੀ ਕਹਿ ਰਹੇ ਸੀ ਵੀ ਇਹ ਸਾਡੇ ਸਰਪੰਚ ਵੀ ਨੇ। ਹਾਂਜੀ, ਇੱਥੇ ਸਰਪੰਚ ਕਹਿੰਦੇ ਆ ਸਾਰੇ, ਵੀ ਉਹਨਾਂ ਨੂੰ ਪਤਾ ਵੀ ਇਹ ਸਰਪੰਚ ਪਿੰਡ ਦੇ, ਔਰ ਇੱਥੇ ਵੀ ਸਾਰੇ ਸਰਪੰਚ ਸਾਹਿਬ ਕਹਿੰਦੇ ਆ। ਔਰ ਪਿੰਡ 'ਚ ਸਭ ਤੋਂ ਜਿਹੜਾ ਮੇਨ ਬੰਦਾ ਹੁੰਦਾ ਜਾਂ ਜਿਹੜਾ ਅਮੀਰ ਬੰਦਾ, ਬੜੀ ਕੋਠੀ ਘੈਂਟ ਹੁੰਦੀ ਆ ਇੱਥੇ ਅੰਦੋਲਨ ਦੇ ਵਿੱਚ, ਤੁਹਾਡੀ ਕੋਠੀ ਬੜੀ ਘੈਂਟ। ਚਲੋ ਜੀ, ਇਹ ਤਾਂ ਹੁਣ ਇੱਕ ਅਸੀਂ ਆਪਦਾ ਸਿਸਟਮ ਜਿਹੜਾ ਸੀਗਾ ਉਹ ਲੈ ਕੇ ਆਏ ਹਾਂ, ਔਰ ਇੱਥੇ ਹੁਣ ਇੱਥੇ ਟਾਈਮ ਤਾਂ ਟਪਾਉਣਾ ਹੈ ਨਾ ਜੀ, ਉਹ ਹੁਣ ਅਸੀਂ ਆਪਦਾ ਹਿਸਾਬ ਨਾਲ ਜਿੰਨਾ ਕੁ ਸਾਨੂੰ ਲੱਗਦਾ ਸਹੂਲਤਾਂ ਸਾਰੀਆਂ ਅਸੀਂ ਇਕੱਠੀਆਂ ਕਰੀ ਜਾਂਦੇ, ਹੌਲੀ ਹੌਲੀ ਲੱਗੇ ਹੋਏ ਹਾਂ। ਔਰ ਮੈਨੂੰ ਐਂ ਆ ਵੀ ਸਾਡੇ ਨੇੜੇ ਤੇੜੇ ਵੀ ਕਿਸੇ ਨੂੰ ਦਿੱਕਤ ਨਾ ਆਵੇ। ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਸਾਰਾ ਕੁਝ ਸਾਰੇ ਦੇਖਦੇ, ਫੋਨ 'ਤੇ ਅਪਡੇਟਸ ਪੈਂਦੀਆਂ ਰਹਿੰਦੀਆਂ। ਇੱਥੇ ਕਿਸੇ ਕੋਲ ਫੋਨ ਚਾਰਜਿੰਗ ਲਈ ਕੋਈ ਹੈ ਨਹੀਂ ਸੀ ਸਾਧਨ, ਫਿਰ ਮੈਂ ਮੇਰੀ ਜੀਪ ਦੇ ਵਿੱਚ ਵੀ ਸਿਸਟਮ ਲੱਗਿਆ ਹੋਇਆ, ਕਨਵਰਟਰ ਲੱਗਿਆ। ਪਹਿਲੇ ਦਿਨ ਤਾਂ ਮੈਂ ਆਪਦੀ ਜੀਪ 'ਚੋਂ ਹੀ ਲਾਈਟ ਚਲਾਉਂਦਾ ਸੀਗਾ ਜਦੋਂ ਮੈਂ ਆਇਆ, ਫਿਰ ਹੌਲੀ ਹੌਲੀ ਅੱਗੇ ਅੱਗੇ ਟਰਾਲੀਆਂ ਨੂੰ ਅਸੀਂ ਉਹ ਤਾਰਾਂ ਪਾਤੀਆਂ, ਅਤੇ ਫਿਰ ਇਹਦੇ 'ਤੇ ਚੱਲਦਾ ਨਹੀਂ ਸੀ, ਮੇਰੇ ਕੋਲ ਇਨਵਰਟਰ ਵੀ ਹੈ ਅਤੇ ਸੋਲਰ ਪੈਨਲ ਵੀ ਆ, ਉਹ ਅਸੀਂ ਫਿਰ ਟਿੱਕਰੀ ਵੀ ਲੋਡ ਸੀਗੀ, ਮੇਰੇ ਪਿੰਡ ਦੇ ਬੈਠੇ ਸੀ ਉਹਨਾਂ ਕੋਲ ਗਿਆ,
ਤੇ ਇੱਥੇ ਜਨਰੇਟਰ ਹੈਗਾ ਸੀ, ਫਿਰ ਹੁਣ ਜਨਰੇਟਰ ਚਲਾ ਲਈਦਾ ਜੀ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਘਰ ਦੇ ਬਾਹਰ ਖੜ੍ਹ ਕੇ ਇੱਕ ਵਾਰੀ ਇੰਟਰਵਿਊ ਜਾਰੀ ਰੱਖਾਂਗੇ। ਤਾਂ ਭਾਅ ਜੀ ਤੁਸੀਂ ਇਹ ਦੱਸ ਦਿਓ ਕਿ ਜੇ ਘਰ ਦੇ ਵਿੱਚ ਸਾਰੀਆਂ ਜ਼ਰੂਰਤਾਂ ਤੁਸੀਂ ਪੂਰੀਆਂ ਕਰਤੀਆਂ, ਕੌਣ ਕੌਣ ਆਏ ਹੋਏ ਹੋ ਤੁਸੀਂ ਇੱਥੇ? ਇੱਥੇ ਮੇਰੇ ਸਿਸਟਰ ਇਨ ਲਾਅ ਜੀ, ਉਹਨਾਂ ਦੇ ਮਦਰ ਹੈ, ਅਤੇ ਮੈਂ ਇੱਥੇ ਆਏ ਹੋਏ ਹਾਂ। ਔਰ ਪਿੰਡੋਂ ਕੋਈ ਨਾ ਕੋਈ ਸਾਡੇ ਆਉਂਦੇ ਰਹਿੰਦੇ ਆ, ਗੈਸਟ ਵੀ ਆਉਂਦੇ ਰਹਿੰਦੇ। ਹਾਂਜੀ ਬਿਲਕੁਲ, ਐਟ ਅ ਟਾਈਮ ਅਸੀਂ ਮਤਲਬ ਹਰ ਰੋਜ਼ ਅਸੀਂ ਹੁੰਦੇ ਹਾਂ, 7-8 ਜਣੇ, 10 ਜਣੇ, ਕਈ ਵਾਰੀ 20 ਵੀ ਹੋ ਜਾਂਦੇ ਆ। ਹਾਂਜੀ, ਉਮੀਦ ਕੀ ਰੱਖਦੇ ਹੋ ਜਿਸ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਹੈ? ਤੁਸੀਂ ਘਰ ਵੀ ਇੱਥੇ ਵਧੀਆ ਤਰੀਕੇ ਨਾਲ ਰਹਿ ਵੀ ਰਹੇ ਹੋ, ਸੰਘਰਸ਼ ਵੀ ਬੜਾ ਸ਼ਾਂਤਮਈ ਵਧੀਆ ਤਰੀਕੇ ਨਾਲ ਚੱਲ ਰਿਹਾ, ਕੀ ਉਮੀਦ ਹੈ ਕਦੋਂ ਤੱਕ ਆਪਾਂ ਜਿੱਤ ਪ੍ਰਾਪਤ? ਅਸੀਂ ਤਾਂ ਜਿੱਤਣ ਹੀ ਆਏ ਹਾਂ ਜੀ, ਜਿੱਤ ਕੇ ਜਾਵਾਂਗੇ। ਸਾਨੂੰ ਲੱਗਦਾ ਕਿ ਅੱਜ ਵੀ ਮੀਟਿੰਗ ਸੀਗੀ, ਹੁਣ ਦੇਖਦੇ ਹਾਂ ਕਿ ਫੈਸਲਾ ਹੋਊਗਾ, ਸਵੇਰ ਤੱਕ ਸਾਨੂੰ ਸਾਰਾ ਪਤਾ ਲੱਗ ਜਾਊਗਾ। ਮੈਂ ਤੁਹਾਨੂੰ ਦੱਸਣਾ, ਫੈਸਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਜਿਹੜਾ ਸੱਦਾ ਭੇਜਿਆ ਗਿਆ ਉਹ ਸਹੀ ਨਹੀਂ ਸੀ, ਉਹ ਦੁਬਾਰਾ ਉਹਦੇ ਵਿੱਚ ਸੱਦਾ ਜਿਹੜਾ ਭੇਜਣ ਸਾਨੂੰ, ਕਿਉਂਕਿ ਇਹਦੇ ਸੱਦੇ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜਿਹੜਾ ਸੱਦਾ ਸੀ ਇਹਦੇ ਵਿੱਚ ਉਹ ਸੋਧ ਦੀਆਂ ਗੱਲਾਂ ਕਰਦੇ ਨੇ, ਅਸੀਂ ਸੋਧ ਨਹੀਂ ਕਰਾਉਣੀ, ਰੱਦ ਕਰਾਉਣਾ, ਇਸ ਲਈ ਇਹ ਸੱਦੇ ਦੇ ਉੱਪਰ ਸਾਡੀ ਮੀਟਿੰਗ ਕਰਨੀ ਬਣਦੀ ਨਹੀਂ। ਤਾਂ ਦੁਬਾਰਾ ਸੱਦਾ ਭੇਜਣਗੇ, ਸਾਨੂੰ ਲੱਗੂਗਾ ਵੀ ਜਾਣਾ ਚਾਹੂਗਾ, ਫਿਰ ਫੈਸਲਾ ਹੋਊਗਾ। ਬਿਲਕੁਲ ਜੀ, ਅਸੀਂ ਤਾਂ ਯੈਸ ਔਰ ਨੋ ਵਾਲਾ ਕੰਮ ਹੀ ਹੈ ਇੱਥੇ ਤਾਂ, ਹੁਣ ਵੀ ਅਸੀਂ ਕੋਈ ਸੋਧ ਵਾਸਤੇ ਤਾਂ ਆਏ ਨਹੀਂ, ਸੋਧ ਤਾਂ ਪਹਿਲਾਂ ਵੀ ਕਰਦੇ, ਸੋਧ ਤਾਂ ਆਲਰੇਡੀ ਇਹਨਾਂ ਨੇ ਜੋ ਕਰਨਾ ਸੀ ਉਹ ਤਾਂ ਇਹਨਾਂ ਨੇ ਕਰਤਾ। ਇਹ ਤਾਂ ਹੁਣ ਵਾਰ ਵਾਰ ਉਹੀ ਗੱਲਾਂ ਕਰਨ ਵਾਲਾ, ਸਭ ਨੂੰ ਪਤਾ ਵੀ ਕੁਛ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਸਾਰਾ ਕੁਛ ਉਹਨਾਂ ਦਾ ਪ੍ਰੈਸ਼ਰ ਹੈ। ਇਸ ਟਾਈਮ ਰਿਮੋਟ ਮੋਦੀ ਦਾ ਅਡਾਨੀਆਂ ਬਾਨੀਆਂ ਕੋਲ ਹੈ, ਇਹ ਮੋਦੀ ਦਾ ਕੋਈ ਡਿਸੀਜ਼ਨ ਨਹੀਂ ਹੈ। RSS ਔਰ ਅਡਾਨੀ ਔਰ ਅੰਬਾਨੀ ਇਹੀ ਚਲਾ ਰਹੇ ਹੈ ਸਿਸਟਮ, ਸਰਕਾਰ ਹੀ ਸਾਰੀ ਇਹ ਚਲਾ ਰਹੇ ਹੈ। ਇਹ ਤਾਂ ਹੁਣ ਉਹ ਬਸ ਜਿੱਦ 'ਤੇ ਅੜਿਆ ਹੋਇਆ, ਅਤੇ ਅਸੀਂ ਬੈਠੇ ਹਾਂ, ਕੋਈ ਗੱਲ ਨਹੀਂ। ਉਹ ਤੁਸੀਂ ਗੁਰਪ੍ਰੀਤ ਘੁੱਗੀ ਜੀ ਨੇ ਸਟੇਜ ਤੋਂ ਸੁਣਾਇਆ ਸੀ ਕਿ ਰਾਸ਼ਨ ਪਾਣੀ ਲੈ ਕੇ ਕਿਵੇਂ ਚੜ੍ਹੀਦਾ, ਅਸੀਂ ਰਾਸ਼ਨ ਪਾਣੀ ਲੈ ਕੇ ਚੜ੍ਹੇ ਹੋਏ ਹਾਂ, ਕੋਈ ਟੈਨਸ਼ਨ ਨਹੀਂ ਹੈ ਜੀ। ਚਲੋ ਆਪਾਂ ਇੱਕ ਜੇ ਆਪਾਂ ਕਹਿ ਦਈਏ, ਵੈਸੇ ਤਾਂ ਚਲੋ ਗੱਲਾਂ ਤਾਂ ਨਹੀਂ ਪੰਜਾਬੀ ਕਰ ਵੀ ਦਿੰਦੇ ਆ, ਪਰ ਤੁਹਾਡਾ ਕੀਤਾ ਹੋਇਆ ਸਾਰਾ ਦਿਖ ਵੀ ਰਿਹਾ, ਹੋਰ ਲੋਕ ਵੀ ਆਉਂਦੇ ਹੋਣੇ ਦੇਖਣ ਤੁਹਾਡੇ ਕੋਲ, ਕਹਿੰਦੇ ਕਿ ਰੋਟੀ ਪਾਣੀ ਖਾਣ ਵਾਲੇ ਤੁਹਾਡੇ ਕੋਲ 80-85 ਜਣੇ ਹੋ ਜਾਂਦੇ ਆ ਸ਼ਾਮ ਨੂੰ ਆਸੇ ਪਾਸੇ ਵਾਲੇ, ਜਿਹੜੇ ਲੋਕ ਜਾਣਦੇ ਵੀ ਨਹੀਂ? ਹਾਂਜੀ ਬਿਲਕੁਲ ਆਉਂਦੇ ਆ ਜੀ, ਇੱਥੇ ਸਾਡੀ ਕਿਚਨ ਚੱਲਦੀ ਰਹਿੰਦੀ ਹੈ, ਔਰ ਰੋਜ਼ 80-90-100 ਵੀ ਹੋ ਜਾਂਦੇ, ਇੰਨੇ ਬੰਦਿਆਂ ਦਾ ਖਾਣਾ ਸਾਡੇ ਡੇਲੀ ਬਣਦਾ। ਔਰ ਅਸੀਂ ਜਿਹੜੇ ਬਜ਼ੁਰਗ ਹੁੰਦੇ ਆ ਇੱਥੇ, ਉਹਨਾਂ ਨੂੰ ਵੀ ਕਿਹਾ ਹੋਇਆ ਕਿ ਬਾਹਰੋਂ ਤੁਸੀਂ ਕਈ ਵਾਰੀ ਹੁੰਦਾ ਮਸਾਲੇ ਮਸੂਲੇ ਜ਼ਿਆਦਾ ਹੁੰਦੇ ਆ, ਵੀ ਤੁਸੀਂ ਇੱਥੇ ਆ ਕੇ ਸਾਡੇ ਕੋਲ ਪ੍ਰਸ਼ਾਦਾ ਛਕਿਆ ਕਰੋ। ਅਤੇ ਇਹ ਗੁਰੂ ਨਾਨਕ ਦੇਵ ਜੀ ਦਾ ਲੰਗਰ ਹੈ ਜੀ, ਉਹਨਾਂ ਦੀ ਚਲਾਈ ਹੋਈ ਪਿਰਤ ਹੈ, ਅਸੀਂ ਤਾਂ ਉਪਰਾਲਾ ਕੀਤਾ, ਬਸ ਸਿਸਟਮ ਆਪੇ ਚੱਲੀ ਜਾਂਦਾ। ਲੰਗਰ ਬਣਾਉਂਦਾ ਕੌਣ? ਇਹ ਮਾਤਾ ਜੀ ਬਣਾਉਂਦੇ ਆ ਜੀ, ਔਰ ਹਾਂਜੀ, ਔਰ ਉਹਨਾਂ ਦੇ ਨਾਲ ਜਿਹੜੇ ਮੇਰੇ ਸਿਸਟਰ ਅੱਲਾ ਉਹ ਬਣਾਉਂਦੇ ਆ। ਹਾਂਜੀ, ਗੱਲਬਾਤ ਕਰਨ ਲਈ ਧੰਨਵਾਦ ਜੀ। ਥੈਂਕ ਯੂ ਜੀ, ਤਾਂ ਬਹੁਤ ਬਹੁਤ। ਮਨਵਿੰਦਰ ਸਿੰਘ ਸੰਧੂ ਜੋ ਫਿਰੋਜ਼ਪੁਰ ਤੋਂ ਆ ਕੇ ਕਿਸਾਨ ਅੰਦੋਲਨ ਦੇ ਵਿੱਚ ਡਟੇ ਹੋਏ ਨੇ ਪੂਰੇ ਪਰਿਵਾਰ ਦੇ ਸਮੇਤ, ਤੁਹਾਨੂੰ ਅਸੀਂ ਇਹਨਾਂ ਦਾ ਘਰ ਵੀ ਦਿਖਾਇਆ, ਜਿਸ ਤਰੀਕੇ ਦੇ ਨਾਲ ਘਰ ਦਿਖਾਇਆ ਗਿਆ, ਘਰ ਬਣਾਇਆ ਗਿਆ ਇਹਨਾਂ ਦੇ ਵੱਲੋਂ, ਹਰ ਚੀਜ਼ ਇਹਦੇ ਵਿੱਚ ਘਰ ਦੇ ਵਿੱਚ ਤੁਹਾਨੂੰ ਮਿਲੂਗੀ। ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾਈਆਂ, 2 ਕਮਰੇ, ਵਾਸ਼ਰੂਮ, ਟੈਂਟ, ਗੱਡੀ ਖੜ੍ਹਨ ਦੇ ਲਈ ਜਗ੍ਹਾ, ਸਕੂਟਰੀ, ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਕਿ ਵਾਸ਼ਰੂਮ, ਪਾਣੀ ਦਾ ਟੈਂਕ, ਸਭ ਕੁਝ ਇੱਥੇ ਇਸ ਘਰ ਦੇ ਵਿੱਚ ਮੌਜੂਦ ਹੈ। ਤਾਂ ਇਹ ਤਸਵੀਰਾਂ ਦੇਖ ਕੇ ਖੁਸ਼ੀ ਵੀ ਹੋ ਰਹੀ ਹੈ ਅਤੇ ਹੈਰਾਨੀ ਵੀ ਹੋ ਰਹੀ ਹੈ ਕਿ ਆਖਿਰ ਇੱਕ ਪੰਜਾਬੀ ਦੇ ਵੱਲੋਂ ਇੰਨੀਆਂ ਜ਼ਰੂਰਤਾਂ ਨੂੰ ਪੂਰਾ ਕਿਵੇਂ ਕੀਤਾ ਗਿਆ। ਤਾਂ ਇਹ ਤਸਵੀਰਾਂ ਤੁਸੀਂ ਦੇਖੀਆਂ ਰੋਜ਼ਾਨਾ ਲੋਕ ਨਾਚ ਟੀਵੀ ਦੇ ਉੱਪਰ। ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਗੁਰਦੀਪ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕ ਨਾਚ ਟੀਵੀ, ਸਿੰਘੂ ਬਾਰਡਰ।